ਹਾਂਜੀ ਮੈਂ ਸੰਗਰੂਰ ਖਨੌਰੀ ਮੰਡੀ ਸਕੂਲ ਦੇ ਵਿੱਚ 2017 ਤੋਂ ਐਜ਼ ਪ੍ਰਿੰਸੀਪਲ ਕੰਮ ਕਰ ਰਹੀ ਹਾਂ ਅਤੇ ਮੇਰਾ ਸਕੂਲ ਸੰਗਰੂਰ ਦੇ ਵਿੱਚ ਰੈਂਕਿੰਗ ਦੇ ਵਿੱਚ ਨੰਬਰ 1 'ਤੇ ਸੀ ਤਾਂ ਕੱਲ੍ਹ ਮੈਨੂੰ ਡਿਪਾਰਟਮੈਂਟ ਤੋਂ ਜੋ ਆਦੇਸ਼ ਹੋਏ ਕਿ ਮੈਂ ਹੁਣ ਮੇਰੀ ਟ੍ਰਾਂਸਫਰ ਰਾਜਪੁਰਾ ਸਕੂਲ ਦੇ ਵਿੱਚ ਕੀਤੀ ਜਾ ਰਹੀ ਹੈ NTC ਸਕੂਲ ਦੇ ਵਿੱਚ ਤਾਂ ਅੱਜ ਮੈਂ ਐਜ਼ ਪ੍ਰਿੰਸੀਪਲ ਇਸ ਸਕੂਲ ਦੇ ਵਿੱਚ ਜੁਆਇਨ ਕਰ ਲਿਆ ਹੈ ਅਤੇ ਮੈਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਂਦੀ ਹਾਂ ਕਿ ਮੈਂ ਐਜ਼ ਪ੍ਰਿੰਸੀਪਲ ਜਿਵੇਂ ਸੰਗਰੂਰ ਵਿੱਚ ਕੰਮ ਕਰ ਰਹੀ ਸੀ ਆਪਣੀ ਡਿਊਟੀ ਪੂਰੀ ਕਰ ਰਹੀ ਸੀ ਇੱਥੇ ਵੀ ਮੈਂ ਉਸੇ ਤਰ੍ਹਾਂ ਆਪਣੀ ਡਿਊਟੀ ਪੂਰੀ ਕਰਾਂਗੀ ਅਤੇ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੀ ਕਿ ਸਕੂਲ ਜਿਹੜਾ ਹੈ ਹੋਰ ਬਿਹਤਰ ਹੋਵੇ। ਮੈਮ ਜਿਹੜੇ ਬੱਚੇ ਬਾਹਰ ਵਿਰੋਧ ਕਰ ਰਹੇ ਨੇ ਕੀ ਕਾਰਨ ਹੈ ਜੀ? ਇਸ 'ਤੇ ਮੈਂ ਕੋਈ ਕਮੈਂਟ ਨਹੀਂ ਕਰਾਂਗੀ। ਨਹੀਂ ਤੁਸੀਂ ਬੱਚੇ ਨੂੰ ਹੈਂਡਲ ਕਿਵੇਂ? ਹਾਂ ਮੈਂ ਕਰ ਲਵਾਂਗੀ ਜੀ, ਮੈਂ ਜਿੱਥੋਂ ਆਈ ਹਾਂ ਉੱਥੇ ਵੀ ਬੱਚੇ ਮੈਂ ਉਹਨਾਂ ਨੂੰ ਐਜ਼ ਮਦਰ ਹੀ ਟ੍ਰੀਟ ਕਰਦੀ ਸੀ, ਮਦਰਲੀ ਫਿਗਰ ਸੀ ਮੈਂ ਆਪਣੇ ਬੱਚਿਆਂ ਦੇ ਲਈ ਅਤੇ ਇਹ ਮੈਂ ਆਪਣੇ ਬੱਚਿਆਂ ਨੂੰ ਮੀਨਸ ਥੋੜ੍ਹੇ ਦਿਨ ਲੱਗਦੇ ਹੈ, ਨੋ ਡਾਊਟ ਚੇਂਜ ਆਉਂਦੀ ਹੈ ਤਾਂ ਲੱਗਦੇ ਆ, ਅਦਰਵਾਈਜ਼ ਮੇਰੇ ਬੱਚੇ ਮੈਨੂੰ ਵਿਸ਼ਵਾਸ ਹੈ, ਕੌਨਫੀਡੈਂਸ ਹੈ ਕਿ ਸਟਾਫ ਵੀ ਮੈਨੂੰ ਐਜ਼ ਪ੍ਰਿੰਸੀਪਲ ਅਤੇ ਜਿਹੜੇ ਸਟੂਡੈਂਟ ਨੇ ਉਹ ਵੀ ਮੈਨੂੰ ਐਜ਼ ਪ੍ਰਿੰਸੀਪਲ ਐਕਸੈਪਟ ਕਰਨਗੇ। ਮਸਲਾ ਇਹ ਹੈ ਵੀ ਜਿਹੜੇ ਬਾਹਰ ਬੱਚੇ ਨੂੰ ਵਿਰੋਧ ਕਰ ਰਹੇ, ਪੜ੍ਹਾਈ ਖਰਾਬ ਹੋ ਰਹੀ ਹੈ ਨਾ, ਇਹਨਾਂ ਨੂੰ ਤੁਸੀਂ ਕਿਵੇਂ ਹੈਂਡਲ ਕਰੋਗੇ? ਹਾਂਜੀ ਨਹੀਂ ਬੱਚਿਆਂ ਦੀ ਪੜ੍ਹਾਈ ਇਹ ਅਸੀਂ ਦੇਖਾਂਗੇ ਜੀ, ਹਲੇ ਤਾਂ ਮੇਰਾ ਅੱਜ ਫਸਟ ਇਹ ਹੈ, ਇਹ ਕੱਲ੍ਹ ਮੈਂ ਆਪਣੇ ਤਰੀਕੇ ਮੈਂ ਬੱਚੇ ਸੈੱਟ ਹੋਣਗੇ ਜੀ, ਕੋਈ ਗੱਲ ਨਹੀਂ, ਪਿਆਰ ਦੇ ਨਾਲ ਬੱਚਿਆਂ ਨੂੰ ਮੈਂ ਸਮਝਾਉਂਗੀ ਕਿ ਇਹ ਉਹਨਾਂ ਦਾ ਪੜ੍ਹਨ ਦਾ ਪੇਪਰ ਬਿਲਕੁਲ ਨੇੜੇ ਨੇ, ਕ੍ਰੂਸ਼ੀਅਲ ਪੀਰੀਅਡ ਹੈ, ਟਾਈਮ ਉਹਨਾਂ ਦਾ ਪੜ੍ਹਨ ਵਾਲਾ ਅਤੇ ਬੱਚੇ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇਣਗੇ, ਸਮਝਾਉਣ 'ਤੇ ਬੱਚੇ ਸਮਝ ਹੀ ਜਾਂਦੇ ਨੇ ਜੀ, ਨੋ ਡਾਊਟ। ਮੈਂ ਜਿੱਥੋਂ ਆਈ ਹਾਂ ਮੇਰੇ ਬੱਚੇ ਮੇਰੇ ਨਾਲ, ਉਹਨਾਂ ਦੀ ਇਮੋਸ਼ਨਲ ਅਟੈਚਮੈਂਟ ਸੀ ਅਤੇ ਇਹ ਕੁਦਰਤੀ ਹੈ ਕਿ ਬੱਚਿਆਂ ਦੀ ਅਟੈਚਮੈਂਟ ਹੈ ਆਪਣੇ ਪ੍ਰਿੰਸੀਪਲ ਦੇ ਨਾਲ ਅਤੇ ਹੌਲੀ ਹੌਲੀ ਬੱਚੇ ਮੈਨੂੰ ਵੀ ਐਜ਼ ਮਦਰ ਐਜ਼ ਪ੍ਰਿੰਸੀਪਲ ਐਕਸੈਪਟ ਕਰ ਲੈਣਗੇ। ਥੈਂਕ ਯੂ।